हाँ जी, ऑपरेशन होए नु कितनी देर हो गई ਤੁਹਾਡਾ? 4 ਮਹੀਨੇ ਹੋ ਗਏ। ਹਾਂ, ਕਿੰਨਾ ਭਾਰ ਘਟ ਚੁੱਕਿਆ? 1 ਕੁਇੰਟਲ 30 ਕਿਲੋ ਸੀ ਪਹਿਲਾਂ, ਇਸ ਟਾਈਮ ਤੇ ਹੁਣ 90 ਕਿਲੋ ਆ। ਅੱਛਾ, ਮਤਲਬ 40 ਕਿਲੋ ਭਾਰ ਘਟ ਚੁੱਕਿਆ ਤੁਹਾਡਾ। ਹਾਂ ਜੀ। ਅੱਛਾ, ਕਿਵੇਂ ਮਹਿਸੂਸ ਕਰਦੇ ਹੋ? ਕੋਈ ਕਮਜ਼ੋਰੀ ਤਾਂ ਨਹੀਂ ਹੈ? ਨਹੀਂ ਨਹੀਂ, ਕੋਈ ਕਮਜ਼ੋਰੀ ਨਹੀਂ, ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਕੰਮ ਸਾਰਾ ਕਰਦੇ ਹੋ ਆਪਣਾ? ਸਾਰੇ ਘਰ ਦਾ ਕੰਮ ਕਰਦੀ। ਮੈਂ ਕਦੀ ਆਪਣੇ ਪੈਰਾਂ ਪਰ ਬਹਿ ਕੇ ਪੋਚੇ ਨਹੀਂ ਸੀ ਘਰ ਲਾਏ, ਹੁਣ ਮੈਂ ਤਕਰੀਬਨ ਪੈਰਾਂ ਪਰ ਬਹਿ ਕੇ ਪੋਚੇ, ਸਾਰੇ ਘਰ ਦੀ ਸਫਾਈ ਆਪ ਕਰਨੀ, ਪੈਰਾਂ ਪਰ ਬਹਿ ਕੇ ਪੋਚੇ ਲਾਉਂਦੀ ਹਾਂ। ਆਪਰੇਸ਼ਨ ਤੋਂ ਪਹਿਲਾਂ ਸਾਹ ਵੀ ਚੜਦਾ ਸੀ ਤੁਹਾਨੂੰ? ਬਹੁਤ ਜ਼ਿਆਦਾ। ਅੱਛਾ, ਹੁਣ ਚੜਦਾ ਸਾਹ ਕੋਈ? ਨਹੀਂ, ਹੁਣ ਕੋਈ ਸਾਹ ਨਹੀਂ ਚੜਦਾ। ਅੱਛਾ, ਘਰਾੜੇ ਵੀ ਵੱਜਦੇ ਸੀ? ਹਾਂਜੀ, ਬਹੁਤ ਜ਼ਿਆਦਾ ਘਰਾੜੇ ਵੱਜਦੇ ਸੀ। ਅੱਛਾ ਅੱਛਾ, ਉਹ ਹੈ ਹੀ ਨਹੀਂ ਘਰਾੜਾ, ਪਤਾ ਨਹੀਂ ਹੁਣ ਕੋਈ ਘਰਾੜੇ ਨਹੀਂ ਮਾ ਮਾਰਦੀ ਜਿੱਦਾਂ। ਅੱਛਾ ਅੱਛਾ, ਐਕਚੁਅਲੀ ਇਹਨੂੰ ਸਲੀਪ ਐਪਨੀਆ ਹੁੰਦਾ ਨਾ, ਇਹ ਮੋਟਾਪੇ ਨਾਲ ਹੁੰਦਾ। ਹਾਂਜੀ, ਉਹ ਵੀ ਠੀਕ ਹੋ ਜਾਂਦਾ ਬਾਅਦ ਚ। ਹਾਂਜੀ, ਤੇ ਬਲੱਡ ਪ੍ਰੈਸ਼ਰ ਕਿਵੇਂ ਹੁਣ ਤੁਹਾਡਾ? ਬਲੱਡ ਪ੍ਰੈਸ਼ਰ ਬਿਲਕੁਲ, ਹੁਣ ਮੇਰਾ ਜਦੋਂ ਦਾ ਆਪਰੇਸ਼ਨ ਹੋਇਆ ਉਸ ਤੋਂ ਵੇਟ ਘਟਣ ਤੋਂ ਬਾਅਦ ਘਟਦਾ ਆ, ਬੱਤ ਵਧਿਆ ਕਦੀ ਨਹੀਂ। ਅੱਛਾ, ਆਪਰੇਸ਼ਨ ਹੋਣ ਤੋਂ ਪਹਿਲਾਂ ਮੈਂ ਬਲੱਡ ਪ੍ਰੈਸ਼ਰ ਦੀ ਗੋਲੀ ਖਾਂਦੀ ਸੀ 50 ml ਦੀ। ਅੱਛਾ ਜੀ। ਤਕਰੀਬਨ ਰੋਜ਼ ਦੀ ਗੋਲੀ ਮੈਂ ਖਾਂਦੀ ਸੀ, ਜੇ ਨਹੀਂ ਖਾਂਦੀ ਸੀ ਤਾਂ ਮੈਨੂੰ ਯਾਨੀ ਕਿ ਸਿਰ ਦਰਦ ਕਰਦਾ ਸੀ। ਅੱਛਾ, ਉਲਟੀਆਂ ਮੈਨੂੰ ਆਉਣੀਆਂ ਸੀ, ਉੱਠ ਨਹੀਂ ਸੀ ਹੁੰਦਾ ਮੇਰੇ ਤੋਂ। ਅੱਛਾ ਜੀ। ਪਰ ਹੁਣ ਜਦ ਦਾ 4 ਮਹੀਨੇ ਹੋ ਗਏ ਮੈਂ ਗੋਲੀ ਨਹੀਂ ਖਾਂਦੀ ਕੋਈ ਵੀ। ਠੀਕ।